ਇੱਕ ਕੱਲ ਦੀ ਰਿਪੋਰਟ ਜੋ ਡਾਕਟਰਾਂ ਦੀ ਰਿਪੋਰਟ ਮੇਰੇ ਕੋਲ ਆਈ ਹੈ ਤੁਹਾਨੂੰ ਪਤਾ ਹੈ ਹਰ ਦਿਨ ਕਿਤੇ ਨਾ ਕਿਤੇ ਪੀਕ ਹੁੰਦੀ ਹੈ ਇਹ ਚੜਦੀ ਹੈ ਬਿਮਾਰੀ ਉੱਪਰ ਨੂੰ ਫਿਰ ਸ਼ਾਇਦ ਥੱਲੇ ਆ ਜਾਏ ਪਤਾ ਨਹੀਂ ਰੱਬ ਜਾਣਦਾ ਹੈ ਆਊਗੀ ਥੱਲੇ ਜਾਂ ਨਹੀਂ ਆਊਗੀ ਲੇਕਿਨ ਦੁਨੀਆ ਦੇ ਵਿੱਚ ਦੇਖਿਆ ਗਿਆ ਹੈ ਕਿ ਇੱਕ ਵਾਰ ਚੜ ਕੇ ਫਿਰ ਥੱਲੇ ਆ ਜਾਂਦੀ ਹੈ ਫਿਰ ਚੜ ਜਾਂਦੀ ਹੈ ਥੱਲੇ ਆ ਜਾਂਦੀ ਹੈ ਔਰ ਹੁਣ ਆ ਦੇਖੋ ਇਸ ਦੇ ਬਾਵਜੂਦ ਕਿ ਆਪਾਂ 5 ਮਹੀਨੇ ਨੰਗਾਤੇ 30 ਸਪਟੈਂਬਰ ਨੂੰ ਡਾਕਟਰ ਦੱਸਦੇ ਨੇ ਕਿ ਜਿਹੜੇ ਹੁਣ ਮੈਂ ਤੁਹਾਨੂੰ ਦੱਸਿਆ ਕਿ 35 ਹਜ਼ਾਰ ਬੰਦਾ ਅੱਜ ਹਸਪੀਟਲ 'ਚ ਹੈ ਅੱਜ ਕਰੋਨਾ ਦੇ ਨਾਲ ਲੱਗਿਆ ਹੋਇਆ ਹੈ 3 ਸਤੰਬਰ ਨੂੰ ਇਹ 64 ਹਜ਼ਾਰ ਹੋ ਜਾਣਾ ਹੈ। ਔਰ 18 ਸਤੰਬਰ ਨੂੰ 1 ਲੱਖ 18 ਹਜ਼ਾਰ ਹੋ ਜਾਣਾ ਹੈ। ਜਿਹੜੇ ਅੱਜ ਮੌਤਾਂ ਮੈਂ ਤੁਹਾਨੂੰ ਦੱਸਿਆ ਨੇ ਕਿ ਸਾਡੇ ਕੋਲ ਇੱਥੇ 957 ਨੇ ਇਹ 3 ਸਤੰਬਰ ਨੂੰ 1721 ਹੋ ਜਾਣੀਆਂ ਨੇ ਔਰ ਅੱਗੇ 18 ਤਰੀਕ ਨੂੰ 3148 ਹੁਣ ਇਹਦਾ ਫਾਇਦਾ ਦੱਸੋ ਮੈਨੂੰ ਕੌਣ ਮਰਦਾ ਹੈ ਪੰਜਾਬੀ ਮਰਦਾ ਹੈ ਕੌਣ ਬਿਮਾਰ ਹੁੰਦਾ ਹੈ ਪੰਜਾਬੀ بیمار ਹੁੰਦਾ ਸਾਡੇ ਲੋਕ ਪੰਜਾਬ ਦੇ ਲੋਕ ਸਾਡੇ ਭੈਣ ਸਾਡੇ ਭਾਈ ਸਾਡੇ ਹੋਰ ਬਜ਼ੁਰਗ ਸਾਡੇ ਹੋਰ ਬੱਚੇ ਸਾਰੇ ਉਹਨਾਂ ਵਾਸਤੇ ਆਪਾਂ ਇਹ ਨਹੀਂ ਕਰ ਸਕਦੇ ਔਰ ਦੇਖੋ ਇਸ ਨੂੰ ਇਹ ਲਾਈਨ ਕਿੱਸੇ ਜਾ ਰਹੀ ਹੈ ਉੱਪਰ ਨੂੰ ਇਹ ਹਾਰੇ ਥੱਲੇ ਨਹੀਂ ਆਈ ਇਹ ਐਸਾ ਐਸਾ 18 ਸਪਟੰਬਰ ਤੋਂ ਬਾਅਦ ਉੱਪਰ ਨੂੰ ਜਾ ਰਹੀ ਹੈ ਅਗੇ ਇਹ ਇਹ ਅੰਕੜੇ ਹੋਰ ਵੱਧ ਜਾਣੇ ਨੇ ਅੱਗੇ ਨੂੰ ਅਗਰ ਆਪਾਂ ਕਦਮ ਨਹੀਂ ਚੱਕਿਆ ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਇਹ ਕੋਵਿਡ ਫਤਿਹ ਮਿਸ਼ਨ ਦੀ ਕਿਤਾਬ ਹੈ ਕੱਲ ਵਾਲੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਰੱਬ ਦੇ ਵਾਸਤੇ ਤੁਸੀਂ ਮੇਰੇ ਆਖੇ ਲੱਗੋ ਔਰ ਆਪਣੇ ਮਾਸਕ ਪਾਓ ਹੱਤ ਤੋਂ ਔਰ ਇਹ ਜਿਹੜੇ ਕਦਮ ਅਸੀਂ ਹੁਣ ਅੱਜ ਐਲਾਨ ਕਰ ਰਹੇ ਹਾਂ ਸਰਕਾਰ ਵੱਲੋਂ ਕੁਝ ਸਖਤੀ ਕਰ ਰਹੇ ਹੈ ਔਰ ਮੈਂ ਤੁਹਾਨੂੰ ਇਹ ਵੀ ਦੱਸਾਂ 31 ਤਾਈ ਮੈਂ ਰੱਖ ਰਹੇ ਮੈਂ ਕੱਲ ਦੱਸਿਆ ਸੀ ਔਰ ਅਗਰ ਕਤੀ ਤਾਈਂ ਇੱਕ ਕਾਬੂ ਨਹੀਂ ਆਉਣਾ ਪੰਜਾਬ ਤੋਂ ਮੈਂ ਹੋਰ ਸਖਤੀ ਕਰੂੰਗਾ ਮੈਂ ਪੰਜਾਬੀਆਂ ਦੀ ਜਾਨ ਬਚਾਉਣੀ ਆ ਮੈਂ ਨਹੀਂ ਦੇਖਣਾ ਕਿ ਕਿਹੜਾ ਬੰਦਾ ਕੋਈ ਇੱਧਰ ਨਿਕਲ ਕੇ ਕਿਸੇ ਦੇ ਨਾਲ ਜਾ ਕੇ ਉੱਥੇ ਕੋਈ ਪਾਰਟੀਆਂ ਕਰੋ ਜਾਂ ਹੋਰ ਚੀਜ਼ਾਂ ਕਰੋ ਮੇਰਾ ਕੰਮ ਹੈ ਪੰਜਾਬ ਦੀ ਜਾਨਾਂ ਪੰਜਾਬੀਆਂ ਦੀ ਜਾਨਾਂ ਬਚਾਉਣੀ ਆ ਔਰ ਉਹਦੇ ਵਾਸਤੇ ਜੋ ਵੀ ਮੈਨੂੰ ਕਦਮ ਕਰਨ ਚੱਕਣੇ ਪੈਣਗੇ ਮੈਂ ਚੱਕੂੰਗਾ